ਮਨ ਲਓ ਮੈਂ ਇੰਡੀਆ 'ਚ ਮਰਡਰ ਕੀਤਾ ਫੋਰਨ 'ਚ ਬੈ ਕੇ ਉਹਦਾ ਪਲਾਨਿੰਗ ਕੀਤੀ ਐ ਇੰਡੀਆ 'ਚ ਆ ਕੇ ਐਗਜ਼ੀਕਿਊਟ ਕਰਾਇਆ ਐ ਐਸੀ ਪ੍ਰੋਵੀਜ਼ਨ ਵੀ ਇਸ ਲਾਅ 'ਚ ਬਣੀ ਹੋਈ ਐ ਕਿ ਤੁਹਾਨੂੰ ਉਧਰਲੀ ਜੇਲ੍ਹ 'ਚ ਸੁੱਟਿਆ ਜਾਵੇ ਪਰ ਜੇ ਮੈਂ ਇੰਡੀਆ ਦਾ ਝੰਡਾ ਪੈਰਾਂ 'ਚ ਪਾਉਣਾ ਬਾਹਰ ਬੈਠਾ ਵੀ ਪਾਉਣਾ ਤੇ ਮੇਰੇ ਤੇ ਉਹ ਕ੍ਰਾਈਮ ਲੱਗੂਗਾ ਜਿਵੇਂ ਕੋਈ ਟੈਰਰਿਸਟ ਐਕਟੀਵਿਟੀ ਦੀ ਕੋਸ਼ਿਸ਼ ਹੋਰੋਂ ਕੋਈ ਵਾਰ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਉਹਨਾਂ ਤੇ ਪਰਚੇ ਹੋਣਗੇ ਇੰਡੀਆ 'ਚ ਵੀ ਪਰਚੇ ਹੋਣਗੇ ਤੇ ਉਧਰ ਉਹਨਾਂ ਨੂੰ ਐਕਸ਼ਨ ਲੈਣਾ ਪਊਗਾ ਕਲੀਅਰ ਕਰਿਆ ਉਹਨਾਂ ਨੇ ਬਿਲਕੁਲ ਕਲੀਅਰ ਕਰਿਆ ਜੀ ਮਾਣ ਮਿਲਣਾ ਚਾਹੀਦਾ ਮੈਨੂੰ ਉਹ ਮਿਲਣਾ ਚਾਹੀਦਾ ਮੇਰਾ ਘਰ ਵਾਲਾ ਜੇ ਮਰ ਗਿਆ ਤੇ ਮੈਨੂੰ ਸੱਸ ਕੁਆ ਮਿਲਣਾ ਚਾਹੀਦਾ ਹਾਂ ਜ਼ਿੰਮੇਵਾਰੀ ਹਾਂ ਜ਼ਿੰਮੇਵਾਰੀ ਬਿਲਕੁਲ ਨਹੀਂ ਪਤਾ ਕਿ ਮੈਂ ਘਰ ਦੀ ਰੋਟੀ ਵੀ ਬਣਾਉਣੀ ਹੈ ਮੈਂ ਧਿਆਨ ਵੀ ਰੱਖਣਾ ਹੈ ਮੈਂ ਪਰਿਵਾਰ ਬੰਦੂ ਰਹਿਣਾ ਹੈ ਉਦੋਂ ਮੈਨੂੰ ਘਰ 'ਚ ਕੋਈ ਨਹੀਂ ਚਾਹੀਦਾ ਸਿਵਾਏ ਘਰ ਵਾਲੇ ਤੋਂ ਤੇ ਘਰ ਵਾਲਾ ਵੀ ਸ਼ਾਮ ਨੂੰ ਆਏਗਾ ਤੇ ਆਪਾਂ ਉਹਦੇ ਨਾਲ ਲੜਨਾ ਪੁੱਤੀ ਗਲੇਸ਼ ਕਰਨਾ 90% ਕੁੜੀਆਂ ਨੂੰ ਤਾਂ ਰੋਟੀ ਵੀ ਨਹੀਂ ਬਣਾਉਣੀ ਹੁੰਦੀ ਅੱਜਕੱਲ੍ਹ ਦੀਆਂ ਜਿਹੜੀਆਂ ਨਵੀਆਂ 22 25 ਸਾਲ ਵਾਲੀਆਂ ਹੁੰਦੀਆਂ ਬੇਨ ਜਿਹੜੇ ਮਾਈਨਰ ਪਨਿਸ਼ਮੈਂਟਸ ਨੇ ਉਦੇ ਵਿੱਚ ਬਜਾਏ ਜੇਲ੍ਹ ਚ ਰੱਖਣ ਨੂੰ ਜੇਲ੍ਹ ਚ ਰੱਖਣ ਨਾਲ ਕੀ ਹੁੰਦਾ ਸੀ ਤੁਹਾਡੀ ਮੇਰੀ ਜੇਬ ਤੇ ਬੋਝ ਪੈਂਦਾ ਸੀ ਲਾਇਬਿਲਟੀ ਬਣਦਾ ਸੀ ਉਹ ਦੋਸ਼ੀ ਪੁਲਿਸ ਨੂੰ ਉਹਰਾ ਹੱਤਕੜੀ ਲਾਵੇ ਲੈ ਕੇ ਜਾਵੇ ਲੈ ਕੇ ਆਵੇ ਹੁਣ ਤਨੂੰਨ ਬਦਲਦਾ ਵੀ ਚੱਲ ਕਾਕਾ ਘਾ ਖੋਦ ਸਰਕਾਰੀ ਗੱਡੀਆਂ ਸਾਫ ਕਰ ਇਦਾਂ ਦੀ ਲਿਸਟ ਮਿਲ ਜੇਗੀ ਸਾਡੇ ਜੱਜਸ ਨੂੰ ਹਾਂ ਕੀ ਕੀ ਉਹਦੇ ਕੋਲੋਂ ਕਮਿਊਨਿਟੀ ਸਰਵਿਸ ਚ ਕਰਾ ਸਕਦੇ ਆ ਅੱਗੇ ਤਾਂ ਕਹਿੰਦੇ ਸੀਗਾ ਜੀ ਵੀ ਜੇ ਕੋਈ ਐਹੋ ਜਿਹਾ ਕੋਈ ਜੇ ਕੋਈ ਕਰਾ ਵੀ ਲੈਂਦਾ ਸੀਗਾ ਕਈ ਹੁੰਦੇ ਸੀ ਉਦੋਂ ਵੀ ਕਰਾ ਲੈਂਦੇ ਹੁੰਦੇ ਸੀਗੇ ਤਾਂ ਇਹਦਾ ਮਤਲਬ ਉਹ ਕਹਿੰਦੇ ਸੀ ਵੀ ਇਹ ਇਲੀਗਲ ਹੈ ਜੀ ਇਹ ਗਲਤ ਕਰਾ ਰਹੇ ਨੇ ਪਰ ਹੁਣ ਤੇ ਕੋਰਟ ਕੋਰਟ ਆਰਡਰ ਕਰੇਗਾ ਕਿ ਸੁਨੀਲ ਮੱਲਣ ਫੜਿਆ ਗਿਆ ਸੀ ਮੰਨ ਲਓ ਚਪੇੜ ਮਾਰਦਾ ਕਿਸ ਨੂੰ 332 ਚ ਉਹਨੂੰ ਸਜ਼ਾ ਹੋਈ ਏ ਮਹੀਨੇ ਦੀ ਸਜ਼ਾ ਕਰਨੀ ਹੈ ਉਸ ਮਹੀਨੇ ਦੀ ਸਜ਼ਾਵੇ ਜਦ ਕੋ ਜਿਹੜੇ ਪਰਕ ਚ ਲੱਗੇ ਨੇ ਇਹਨੂੰ ਪੇਂਟ ਬ੍ਰਸ਼ ਦਿਓ ਤੈਨੂੰ ਕੋ ਚੱਲ ਸਾਰੇ ਕੁਰਸੀਆਂ ਪੇਂਟ ਕਰ ਲੈ ਕੋਈ ਚੀਜ਼ਾਂ ਲੀਗਲ ਹੋ ਗਈਆਂ ਹੁਣ ਜੇ ਕਿਸੇ ਦਾ ਗੱਡੀ ਸਾਫ਼ ਕਰਨ ਨੂੰ ਕਹਤਾ ਤਾਂ ਕਰਨੀ ਪੂ ਕੋ ਸਰਕਾਰੀ ਪਰਸਨਲ ਨਹੀਂ ਜ਼ਿਆਦਾਤਰ ਕੰਪਲੇਂਟ ਆਉਂਦੀ ਸੀ ਪੁਲਿਸ ਵਾਲਿਆਂ ਨੇ ਫੜ ਲਿਆ ਜਾਂ ਮੈਨੂੰ ਮੇਰੇ ਬੌਸ ਨੇ ਬੁਲਾ ਲਿਆ ਮੇਰੇ ਨਾਲ ਕੁਝ ਕਰਤਾ ਸੋ ਉਸਕੇ ਬੰਦੇ ਵੀ ਕਹਿੰਦੇ ਸੀ ਤੇ ਕੱਲੀਆਂ ਕੁੜੀਆਂ ਦੀ ਗੱਲ ਨਾ ਕਰਿਆ ਕਰੋ ਹਰ ਇਨਸਾਨ ਨਾਲ ਗਲਤ ਕੰਮ ਹੋ ਸਕਦਾ ਹੈ ਕਰਨ ਵਾਲਾ ਕ੍ਰਿਮੀਨਲ ਹੈ ਮੈਂਸਰੀਆ ਗਿਲਟੀ ਮਾਈਂਡ ਹੈ ਉਹ ਜਿਸ ਨਾਲ ਵੀ ਹੋਇਆ ਉਹ ਸੈਕਸ਼ਨ 68 ਭਾਰਤੀ ਨੇਹ ਸਿਖਤਾ ਮੁਤਾਬਕ ਆਪਣਾ ਰਿਲੀਫ ਲੈ ਸਕਦਾ ਹੈ ਸਸਿਕਾਲਾ ਕਾਨੂੰਨ ਨੇ ਜਿਹੜੇ ਉਹ ਨਵੇਂ ਲਾਗੂ ਹੋਣ ਲੱਗੇ ਨੇ ਤੇ ਨਵੇਂ ਕਾਨੂੰਨਾਂ ਦੇ ਵਿੱਚ ਜਿਵੇਂ ਆ ਕਿਤਾਬ ਪਈਆ ਤਾਂ ਇਹਦੇ ਵਿੱਚ तमाम ਚੀਜ਼ਾਂ ਉਹ ਦਰਜ ਨੇ ਜਿਹੜੀਆਂ ਹੁਣ ਤੋਂ ਬਦਲਣ ਜਾ ਰਹੀਆਂ ਨੇ ਬਦਲ ਦੇ ਨਾਲ ਜੇ ਦੇਖਿਆ ਜਾਵੇ ਜਿਵੇਂ ਕਹਿੰਦੇ ਹੁੰਦੇ ਆ ਸ਼ਰੀ ਬੰਦਾ ਜਿਹੜਾ ਯਾਨੀ ਕਿ ਜਿਹੜਾ ਜੁਰਮ ਕਰਨ ਵਾਲਾ ਨਹੀਂ ਉਹਨੂੰ ਤਾਂ ਪਹਿਲਾਂ ਵੀ ਡਰ ਨਹੀਂ ਸੀ ਤੇ ਹੁਣ ਵੀ ਡਰ ਨਹੀਂ ਪਰ ਬਹੁਤ ਸਾਰੀਆਂ ਚੀਜ਼ਾਂ ਚਾਹੇ ਪੁਲਿਸ ਦੇ ਦਾਇਰੇ ਦੀਆਂ ਨੇ ਚਾਹੇ ਕਾਨੂੰਨ ਦੇ ਆਪਣੇ ਦਾਇਰੇ ਦੀਆਂ ਨੇ ਉਹਨਾਂ ਨੂੰ ਇੱਕ ਟਾਈਮ ਬਾਉਂਡ ਵੀ ਕੀਤਾ ਜਾ ਰਿਹਾ ਤੇ ਨਾਲ ਇਹ ਵੀ ਗੱਲ ਹੈ ਕੀ ਹੁਣ ਕਈ ਅਜੀਹੇ ਚੀਜ਼ਾਂ ਕੀਤੀ ਜਾ ਰਹੀਆਂ ਨੇ ਜਿਹਦੇ ਨਾਲ ਲੋਕ ਅੱਗੇ ਨੂੰ ਜੁਰਮ ਕਰਨੋਂ ਹਟਣਾ ਸਾਡੇ ਨਾਲ ਐਡਵੋਕੇਟ ਸੁਨੀਲ ਮੱਲਨ ਨੇਗੇ ਹਾਲਾਂਕਿ ਚੰਗੀ ਘੋਕਬੀਨ ਕੀਤੀ ਹੈ ਇਹਨਾਂ ਨੇ ਤੇ ਇਹ ਬੁੱਕ ਨੂੰ ਪੜ੍ਹਿਆ ਕੀ ਕੁਝ ਲੱਭਿਆ ਹੁਣ ਤੱਕਰ ਕਿਉਂਕਿ ਬੁੱਕ ਬਹੁਤ ਵੱਡੀ ਆ ਪਰ ਕੀ ਕੁਝ ਚੀਜ਼ਾਂ ਜਿਹੜੀਆਂ ਸਿੱਧੀਆਂ ਜਨਤਾ ਨਾਲ ਜੁੜੀਆਂ ਨੇਗੀਆਂ ਉਹ ਲੱਭੀਆਂ ਨੇਗੀਆਂ ਉਹ ਗੱਲਬਾਤ ਕਰਾਂਗੇ ਮਲਨ ਸਾਹਿਬ ਦੇਖਿਏ ਜਿਹੜੇ ਲਾਅ ਚੇਂਜ ਕਰਤੇ ਤੋਂ ਭਾਵ ਕੀ ਮੰਨਿਆ ਜਾਵੇ ਇਹਨੂੰ ਵੀ ਚੇਂਜਿੰਗ ਦਾ ਮਤਲਬ ਕੀ ਆ ਜਿਹੜੇ ਹਜੇ ਵੀ ਜੁਰਮ ਜਰਾਇਮ ਪੇਸ਼ਾ ਲੋਗ ਨੇ ਉਹਨਾਂ ਵਾਸਤੇ ਖਤਰੇ ਦੀ ਘੰਟੀ ਹੋਰ ਵਧੂਗੀ ਤੇ ਆਮ ਬੰਦੇ ਕਿੰਨਾ ਕੁ ਡਰਨਾ ਇਹਦੇ ਤੋਂ ਦੇਖੋ ਇਹਦੇ ਵਿੱਚ ਅਦਾਲਤਾਂ ਕੋ ਪਾਵਰਾਂ ਵਧੀਆਂ ਕ੍ਰਿਮੀਨਲ ਤੇ ਸ਼ਕੰਜਾ ਛੇਤੀ ਕੱਸਿਆ ਜਾਏਗਾ ਪ੍ਰोसीਜਰ ਜਿਹੜੇ ਥੋੜੇ ਲੰਬੇ ਸੀ ਉਹਨਾਂ ਨੂੰ ਸ਼ਾਰਟ ਕਰ ਦਿੱਤਾ ਗਿਆ ਤੇ ਜਿਹੜੇ ਐਕਟ ਪਿੱਛੇ ਆਪਾਂ ਕਹਿ ਸਕਦੇ ਹਾਂ ਕਿ 511 ਸੀ ਜਿਵੇਂ ਇੰਡੀਅਨ ਪਿਨਲ ਕੋਡ ਹੈ ਉਹਦਾ ਨਵਾਂ ਨਾਮ ਬਦਲ ਕੇ ਕਰ ਦਿੱਤਾ ਭਾਰਤੀ ਨਿਆਂ ਸੰਹਿਤਾ 2023 ਜਿਹੜੀ ਸਾਡੀ ਸੀ ਆਰ ਪੀ ਸੀ ਸੀ ਜਿਹਨੂੰ ਆਪਾਂ ਕ੍ਰਿਮੀਨਲ ਪ੍ਰोसीਜਰ ਕੋਡ ਕਹਿੰਦੇ ਆ ਉਹਦਾ ਕਰ ਦਿੱਤਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਐਕਟ 46 ਆਫ 2023 ਤੇ ਤੀਸਰਾ ਜਿਹਨੂੰ ਆਪਾਂ ਐਵੀਡੈਂਸ ਐਕਟ ਦੇ ਨਾਮ ਨਾਲ ਜਾਣਦੇ ਸੀ ਉਹ ਭਾਰਤੀਏ ਸੁਰੱਖਿਸ਼ਾ ਅਧਿਨਿਯਮ ਉਹ ਨਾਮ ਹੀ ਥੋੜੇ ਸਾਨੂੰ ਠੋਕੇ ਲੱਗਦੇ ਹਰੇ ਹਰੇ ਰਟਣਗੇ ਤੇ ਉਹ ਅਧਿਨਿਯਮ ਬਣਾ ਦਿੱਤੇ ਗਏ ਨੇ ਇਹਦੇ ਵਿੱਚ ਜੇ ਮੈਂ ਆਈਪੀਸੀ ਦੀ ਗੱਲ ਕਰਾਂਗੀ 511 ਦੇ ਆਸ-ਪਾਸ ਧਾਰਾ ਹੁੰਦੀਆਂ ਸੀ ਜਿਨ੍ਹਾਂ ਨੂੰ ਘਟਾ ਕੇ 358 ਕਰ ਦਿੱਤੀਆਂ ਗਈਆਂ ਸੋ ਕਈ ਸਾਰੇ ਹੁਣ ਜਿਵੇਂ ਪੀਓ ਦੀ ਕਾਰਵਾਈਆਂ ਦੀ ਗੱਲ ਕਰਾਂ ਮੈਂ ਸਿੱਧਾ ਹੀ ਐਕਸਟ੍ਰੀਮ ਤੇ ਹੀ ਪਹੁੰਚ ਰਹੇ ਆ ਉਹਦੇ ਵਿੱਚ ਪਹਿਲਾਂ ਜਿਹੜੇ ਭੱਜੇ ਹੋਏ ਲੋਕ ਨੇ ਹਾਂ ਪ੍ਰੋਕਲੇਮ ਅਫੈਂਡਰ ਭਗੌੜੇ ਜਿਨ੍ਹਾਂ ਨੂੰ ਆਪਾਂ ਕਹਿੰਨੇ ਆ ਉਹਦੇ ਵਿੱਚ ਕੋਰਟ ਨੂੰ ਇੰਨੀ ਪਾਵਰ ਦੇ ਦਿੱਤੀ ਕਿ ਇੱਕ ਪਬਲਿਕੇਸ਼ਨ ਕਰਾਏਗੀ 30 ਦਿਨਾਂ ਦੇ ਅੰਦਰ ਅੰਦਰ ਜੇ ਬੰਦੇ ਨੇ ਆਪਨੇ ਆਪ ਨੂੰ ਨਹੀਂ ਕੀਤਾ ਤੇ ਇਮੀਡੀਏਟਲੀ ਉਹਤੇ 174 ਦੀ ਕਾਰਵਾਈ ਤੇ ਨੈਕਸਟ ਪ੍ਰੋਸੀਜਰ ਸ਼ੁਰੂ ਹੋ ਜਾਏਗਾ ਔਰ ਕੇਸ ਚੱਲਦਾ ਰਹੇਗਾ ਕੇਸ ਦਾ ਡਿਸੀਜਨ ਹੋ ਜਾਏਗਾ ਯਾਨੀ ਕਿ ਪੀਓ ਦੇ ਵਿੱਚ ਕੀ ਹੁੰਦਾ ਸੀ ਫਾਈਲ ਕਨਜ਼ਾਈਨ ਟੂ ਕੋਰਟ ਰੂਮ ਫਿਰ 269 ਦੇ ਅੰਡਰ ਦੁਬਾਰਾ ਕਰੋ ਇਹ ਕਰੋ ਉਹ ਕਰੋ ਉਹ ਪ੍ਰੋਸੀਜਰ ਖਤਮ ਪੀਓ ਦੀ ਕਾਰਵਾਈ ਹੋਰ ਚੱਲ ਪੈਗੀ ਤੇ ਪਲੱਸ ਜਿਹੜਾ ਪੁਰਾਣਾ ਕੇਸ ਹੈ ਉਹ 1 ਮਹੀਨੇ ਦੇ ਨੋਟਿਸ ਤੋਂ ਬਾਅਦ ਉਹ ਡਿਸਾਈਡ ਕਰਾ ਦਿੱਤਾ ਜਾਏਗਾ ਵੀ ਇਸ ਕੇਸ ਚਾ ਸਜ਼ਾ ਸੁਣਾਤੀ ਕਿ ਜਦੋਂ ਸੁਨੀਲ ਮੱਲਨ ਫੜਿਆ ਜਾਏ ਚੱਕ ਕੇ ਅੰਦਰ ਦੇ ਦੇਣਾ ਉਦੋਂ ਦਲੀਲ ਅਪੀਲ ਕਰੇਗਾ ਉਦੋਂ ਉਦੋਂ ਵੇਖਾਂਗੇ ਕੋਰਟ ਦਾ ਕੇਸ ਵੈਸੇ ਹੁਣ ਤੱਕ ਕਰ ਕੀ ਸੀ ਹੁਣ ਤੱਕ ਕਰ ਕੀ ਸੀ ਵੀ ਸੁਨੀਲ ਮੱਲਨ ਨਹੀਂ ਲੱਭਿਆ ਤੇ ਇਹਦੀ ਕੇਸ ਸੁਣ ਲਿਆ ਇੱਥੇ ਇਹਨੂੰ ਛੱਡ ਦੋ ਇਹਨੂੰ ਨੁਕਰੇ ਲਾ ਦੋ ਜਦੋਂ ਸੁਨੀਲ ਮੱਲਨ ਫੜਿਆ ਜਾਏਗਾ ਤੇ ਫਾਈਲ ਦੁਬਾਰਾ ਖੁੱਲੇਗੀ ਉਹ ਜ਼ਿੰਦਗੀ 'ਚ ਫੜਿਆ ਨਾ ਜਾਵੇ ਤੇ ਸੁਣਵਾਈ ਹੋਵੇ ਨਾ ਫਾਰ ਇਗਜ਼ਾਮਪਲ ਮਾਲਿਆ ਤੇ ਕ੍ਰਿਮੀਨਲ ਚਾਰजेस ਨੇ ਉਹ ਬਾਹਰ ਬੈਠਾ ਹੈ ਉਹਦੀ ਕਾਰਵਾਈ ਨਹੀਂ ਚੱਲ ਪਾ ਰਹੀ ਜੇ ਇਸ ਇਹਦੇ 'ਚ ਆ ਜਾਏਗਾ ਤੇ ਉਹ ਬਾਹਰ ਬੈਠੇ ਤੇ ਵੀ ਸਜ਼ਾ ਸੁਣਾਈ ਜਾਏਗੀ ਜੇ ਉਹ ਆ ਕੇ ਆਪਣੀ ਪਰਵਾਹੀ ਕਰਾਉਣਾ ਚਾਹੁੰਦਾ ਆ ਕੇ ਕਰਾ ਲੇ ਨਹੀਂ ਤਾਂ ਕੋਰਟ ਵਿਲ ਕੀਪ ਔਨ ਡੂਇੰਗ ਇਟਸ ਪ੍ਰੋਸੀਜਰ ਹੁਣ ਪਾਸੇ ਦੇਖੀਏ ਜੀ ਜਿਵੇਂ ਇਹ ਜਿਵੇਂ ਤੁਸੀਂ ਇਹਦੀ ਇੱਕ ਉਦਾਹਰਨ ਤੌਰ ਤੇ ਦੇਖੀ ਆਮ ਤੌਰ ਤੇ ਕਈ ਅਜੀਬੇ ਮਾਮਲੇ ਨੇ ਜਿਵੇਂ ਆਪਾਂ 755 ਕਹਿ ਦਿੰਨੇ ਆ ਕਈ ਅਜੀਬੇ ਮਾਮਲੇ ਨੇ ਜਿਹੜੇ ਬੜੀ ਜ਼ਿਆਦਾ ਸਾਹਮਣੇ ਆਉਂਦੇ ਨੇ ਉਹਨਾਂ ਚ ਕਿਹੜੇ ਮਾਮਲਿਆਂ ਚ ਲੱਗਦਾ ਵੀ ਵੱਡੇ ਤੌਰ ਤੇ ਹੁਣ ਚੀਜ਼ਾਂ ਬਦਲ ਜਾਣਗੀਆਂ ਨਹੀਂ ਉਸ ਤੋਂ ਇੰਪੋਰਟੈਂਟ ਜਿਹੜੀ ਸਮਝਣ ਵਾਲੀ ਗੱਲ ਆ ਉਹ ਇਹ ਆ ਕਿ ਪਹਿਲਾਂ ਮੈਕਸਿਮਮ ਪਨਿਸ਼ਮੈਂਟ ਸੀ ਜਾਂ ਮਿਨੀਮਮ ਤੋਂ ਮੈਕਸਿਮਮ ਦਿੱਤੀ ਸੀ ਕਿ ਘੱਟੋ ਘੱਟ ਇਨੀ ਸਜ਼ਾ ਜ਼ਰੂਰ ਤੇ ਉਸ ਤੋਂ ਬਾਅਦ ਨਹੀਂ ਹੁਣ ਜਿਹੜੀ ਬਿਲਕੁਲ ਹੀ ਜੇ ਤੁਹਾਡੇ ਉਹ ਪਰਚਾ ਦਰਜ ਹੁੰਦਾ ਤੇ ਤੁਸੀਂ ਪ੍ਰੂਵਨ ਗਿਲਟੀ ਹੁੰਦੇ ਹੋ ਤੇ ਤੁਹਾਡੇ ਤੇ ਇੱਕ ਮਿਨਿਮਮ ਲੈਵਲ ਵੀ ਸੈੱਟ ਕਰ ਦਿੱਤਾ ਗਿਆ ਅੱਛਾ ਪਹਿਲੀ ਗੱਲ ਦੂਜੀ ਗੱਲ ਰੀਫਾਰਮੇਸ਼ਨ ਦੀ ਜੇ ਗੱਲ ਕਰਾਂ ਤੇ ਉਹਦੇ ਵਿੱਚ ਜਿਹੜੇ ਮਾਈਨਰ ਪਨਿਸ਼ਮੈਂਟਸ ਨੇ ਉਹਦੇ ਵਿੱਚ ਬਜਾਏ ਜੇਲ੍ਹ 'ਚ ਰੱਖਣ ਨੂੰ ਜੇਲ੍ਹ 'ਚ ਰੱਖਣ ਨਾਲ ਕੀ ਹੁੰਦਾ ਸੀ ਤੁਹਾਡੀ ਮੇਰੀ ਜੇਬ ਤੇ ਬੋਝ ਪੈਂਦਾ ਸੀ ਲਾਇਬਿਲਟੀ ਬਣਦਾ ਸੀ ਉਹ ਦੋਸ਼ੀ ਪੁਲਿਸ ਨੂੰ ਹੱਥਕੜੀ ਲਾਵੇ ਲੈ ਕੇ ਜਾਵੇ ਲੈ ਕੇ ਆਵੇ ਹੁਣ ਕਾਨੂੰਨ ਬਦਲਦਾ ਵੀ ਚੱਲ ਕਾਕਾ ਘਾ ਖੋਦ ਸਰਕਾਰੀ ਗੱਡੀਆਂ ਸਾਫ ਕਰ ਇਦਾਂ ਦੀ ਲਿਸਟ ਮਿਲ ਜੇਗੀ ਸਾਡੇ ਜੱਜਸ ਨੂੰ ਅੱਛਾ ਵੀ ਕੀ ਕੀ ਕਰਾ ਸਕਦੇ ਆ ਹਾਂ ਕੀ ਕੀ ਉਹਦੇ ਕੋਲ ਕਮਿਊਨਿਟੀ ਸਰਵਿਸ ਚ ਕਰਾ ਸਕਦੇ ਆ ਅੱਗੇ ਤਾਂ ਇਹ ਕਹਿੰਦੇ ਹੁੰਦੇ ਸੀਗਾ ਜੀ ਵੀ ਜੇ ਕੋਈ ਇਹੋ ਜਿਹਾ ਜੇ ਕੋਈ ਕਰਾਵ ਵੀ ਲੈਂਦਾ ਸੀਗਾ ਕਈ ਹੁੰਦੇ ਸੀ ਉਹਦੋਂ ਵੀ ਕਰਾ ਲੈਂਦੇ ਹੁੰਦੇ ਸੀਗੇ ਤਾਂ ਇਹਦਾ ਮਤਲਬ ਉਹ ਕਹਿੰਦੇ ਸੀ ਵੀ ਇਹ ਇਲੈਗਲ ਹੈ ਜੀ ਇਹ ਗਲਤ ਕਰਾ ਰਹੇ ਨੇ ਪਰ ਹੁਣ ਤੇ ਕੋਰਟ ਕੋਰਟ ਆਰਡਰ ਕਰੇਗਾ ਕਿ ਸੁਨੀਲ ਮੱਲਨ ਫੜਿਆ ਗਿਆ ਸੀ ਮੰਨ ਲਓ ਚਪੇੜ ਮਾਰਦਾ ਕਿਸੇ ਨੂੰ 332 ਜਨੂੰ ਸਜ਼ਾ ਹੋਈ ਹੈ ਮਹੀਨੇ ਦੀ ਸਜ਼ਾ ਕਰਨੀ ਹੈ ਉਸ ਮਹੀਨੇ ਦੀ ਸਜ਼ਾਵੇ ਜਦੋਂ ਕੋ ਜਿਹੜੇ ਪਾਰਕ ਚ ਲੱਗੇ ਨੇ ਇਨੂੰ ਪੇਂਟ ਬ੍ਰਸ਼ ਦਿਓ ਤੈਨੂੰ ਕੋ ਚੱਲ ਸਾਰੇ ਕੁਰਸੀਆਂ ਪੇਂਟ ਕਰ। ਯਾਨੀ ਕਿ ਉਹ ਚੀਜ਼ਾਂ ਲੀਗਲ ਹੋ ਗਈਆਂ ਹੁਣ ਜੇ ਕਿਸੇ ਦਾ ਗੱਡੀ ਸਾਫ ਕਰਨ ਨੂੰ ਕਹਤਾ ਤਾਂ ਕਰਨੀ ਪਊ। ਉਹ ਸਰਕਾਰੀ ਪਰਸਨਲ ਨਹੀਂ ਸਰਕਾਰੀ ਸਰਕਾਰੀ ਗੱਡੀ ਸਰਕਾਰੀ ਬਿਲਡਿੰਗ ਦੀ ਕਲੀਕਾਰ ਚ ਕੀ ਉਹਦਾ ਟਰੇਡ ਹੈ ਉਹਨੂੰ ਲਾਇਆ ਜਾਏਗਾ ਨਾਲ ਉਹਦੇ ਨਾਲ ਉਹਦੇ ਗਾਰਡ ਰਹਿਣਗੇ ਤੇ ਉਹਦੇ ਕੋ ਕੰਮ ਲਿਆ ਜਾਏਗਾ। ਤੇ ਉਹਦੇ ਨਾਲ ਘਟੋ ਘਟ ਸਾਡਾ ਇਨਫਰਾਸਟ੍ਰਕਚਰ ਸੁਧਰੇਗਾ। ਫਿਰ ਜਿਹੜੀ ਇਹਦੇ ਚ ਨਵੀਂ ਚੀਜ਼ ਆਈ ਹੈ ਸਾਹਮਣੇ ਉਹ ਜਨਰਲ ਨਿਊਟਰਲ ਕਰ ਦਿੱਤਾ ਗਿਆ। ਚਾਈਲਡ ਦੀ ਡਿਫੀਨੀਸ਼ਨ ਦਿੱਤੀ ਹੈ ਭਾਰਤੀਏ ਬੱਚਿਆਂ ਚਾਹੀਦਾ ਮੈਂ ਦੱਸਣ ਲੱਗਾ ਜੀ ਮੈਂ ਪੂਰਾ ਹੀ ਪੜ੍ਹ ਕੇ ਸੁਣਾਉਣਾ ਤੁਹਾਨੂੰ ਤਾਂ ਕਿ ਦੁਨੀਆ ਨੂੰ ਵੀ ਪਤਾ ਲੱਗੇ ਭਾਰਤੀ ਨਿਆਇ ਸੰਹਿਤਾ ਠੀਕ ਹੈ ਜੀ ਜਿਹਨੂੰ ਆਪਾਂ ਇੰਡੀਅਨ ਪਿਨਲ ਕੋਡ ਕਹਿੰਦੇ ਆ ਉਹਦੀ ਧਾਰਾ 2 ਚ ਚਾਈਲਡ ਦੀ ਡੈਫੀਨੇਸ਼ਨ ਐਡ ਕੀਤੀ ਗਈ ਹੈ ਚਾਈਲਡ ਦਾ ਮਤਲਬ ਹੈ ਮੀਨਸ ਐਨੀ ਪਰਸਨ ਬਿਲੋ ਦੀ ਏਜ ਆਫ 18 ইয়ার্স ਇਹਦੇ ਵਿੱਚ ਸਟਾਰ ਹੈਗਾ ਮੀਨਸ ਕੁਝ ਸਪੈਸ਼ਲ ਕੈਟਾਗਰੀਜ਼ ਵਿੱਚ ਨੇ ਕੋਰਟ ਵੱਲੋਂ ਸੁਪਰੀਮ ਕੋਰਟ ਵੱਲੋਂ ਇਹਦੇ ਵਿੱਚ ਕੋਈ ਹਦਾਇਤਾਂ ਹੋਣ ਤੇ ਉਹ ਦੱਸ ਸਕਦੀਆਂ ਨੇ 18 ਸਾਲ ਤੋਂ ਛੋਟਾ ਬੱਚਾ ਜਿਹੜਾ ਉਹ ਚਾਈਲਡ ਦੀ ਕੈਟਾਗਰੀ ਚ ਆਏਗਾ ਤੇ ਉਹਨੂੰ ਉਹਦੇ ਮੁਤਾਬਕ ਦੇ ਜੁਵਨਾਈਲ ਵਾਲੇ ਜਿਹੜੇ ਕੈਸਿਸ ਨੇ ਉਹ ਲੱਗਣਗੇ ਜੀ ਫਿਰ ਉਸ ਤੋਂ ਬਾਅਦ ਆ ਗਿਆ ਲਾਇਬਿਲਟੀ ਆਫ ਅ ਬੈਟਰ ਵੈਨ ਵਨ ਐਕਟ ਅਬੈਟਡ ਐਂਡ ਅ ਡਿਫਰੈਂਟ ਐਕਟ ਡਨ ਇਹਦੇ ਵਿੱਚ ਕੋਰਸਪੋਂਡਿੰਗ ਲਾ ਜਿਹੜਾ 110 ਦੀ ਕਾਰਵਾਈ ਹੁੰਦੀ ਸੀ ਜਿਹਨੂੰ ਆਪਾਂ ਕਹਿੰਦੇ ਆ ਜਿਹਦੇ ਵਿੱਚ 110 ਦੀ ਕਾਰਵਾਈ ਮਤਲਬ ਹੈਪਚੂਲ ਫੈਂਡਰ ਹੈ ਇਹਦੇ ਵਿੱਚ ਵੀ ਉਹਦੀ ਛੂਟ ਜਿਹੜੀ ਸੀ ਮਾੜੀ ਮੋਟੀ ਸੀ ਉਹਨੂੰ ਟਾਈਟ ਕਰ ਦਿੱਤਾ ਗਿਆ ਸੈਕਸ਼ਨ 51 ਹੈ ਸੈਕਸ਼ਨ 48 ਹੈ हां ਇਹਦੇ ਵਿੱਚ ਬੜਾ ਇੰਪੋਰਟੈਂਟ ਹੈ ਅਬੈਟਮੈਂਟ ਆਊਟਸਾਈਡ ਇੰਡੀਆ ਫॉर ਅਫੈਂਸਿਸ ਇਨ ਇੰਡੀਆ ਐਗਜ਼ੈਂਪਲ ਮੈਂ ਸੁਨੀਲ ਮੱਲਨ ਐਸ ਵੇਲੇ ਕੈਨੇਡਾ ਬੈਠ ਗਿਆ ਉਹ ਇੱਥੇ ਸੁਮਿਤ ਨੂੰ ਕਹਿੰਦਾ ਕਿ ਸੁਮਿਤ ਆਪਾਂ ਫਲਾਣੀ ਜਗ੍ਹਾ ਤੇ ਬੰਬ ਫੋੜਨਾ ਸੁਮਿਤ ਤਾਂ ਫੜਿਆ ਗਿਆ ਮੌਕੇ ਤੇ ਤੇ ਸੁਨੀਲ ਮੱਲਨ ਨੂੰ ਫੜਨ ਲਈ ਜਾਂ ਉਹਦੇ ਤੇ ਕੇਸ ਚਲਾਉਣ ਲਈ ਬੜੀ ਪਰਮਿਸ਼ਨਾਂ ਦੀ ਲੋੜ ਸੀ ਬਾਰੋ ਇਹ ਤਾਂ ਬਹੁਤ ਮਾਮਲੇ ਨੇ ਹਜੇ ਬਹੁਤ ਮਾਮਲੇ ਨੇ ਜਿਵੇਂ ਲਾਰੈਂਸ ਬਿਸ਼ਨੋਈ ਦੀ ਗੱਲ ਕਰ ਲਈਏ ਵੀ ਉਹਦੇ ਕਹਿੰਦੇ ਜੀ ਉਹਦੇ ਬੰਦੇ ਉਧਰ ਬਾਹਰ ਬੈਠੇ ਸੀ ਉਹਨਾਂ ਨੂੰ ਲਿਆਣਾ ਔਖਾ ਹੋ ਰਿਹਾ ਹੁਣ ਕੀ ਹੈ ਕਿ ਇਸ ਐਕਟ ਦੇ ਮੁਤਾਬਕ ਧਾਰਾ 48 ਆਫ ਭਾਰਤੀ ਨਿਆਂ ਸਹਿਤਾ ਮੁਤਾਬਕ ਉਹਨਾਂ ਬੰਦਿਆਂ ਉਤੇ ਪੈਰਲਲ ਕੇਸ ਚੱਲ ਕੇ ਉਹਨਾਂ ਨੂੰ ਲਿਆਇਆ ਜਾਏਗਾ ਪਰਸਨ ਅਬੈਟਿਸ ਅਬੈਟ ਕਰਦਾ ਕਿਸੇ ਨੂੰ ਮੀਨਿੰਗ ਆਫ ਜਿਹੜੀ ਇਹ ਸਹਿਤਾ ਦੇ ਮੁਤਾਬਕ ਬਿਯੋਂਡ ਇੰਡੀਆ ਰਹਿ ਰਿਹਾ ਤੇ ਉਸ ਬੰਦੇ ਤੇ ਵੀ ਐਕਟ ਜਿਹੜਾ ਉਸ ਕਮਿਸ਼ਨ ਦਾ ਐਕਟ ਦਾ ਜਿਹੜਾ ਕਮਿਸ਼ਨ ਹੈ ਉਹ ਲੱਗੇਗਾ ਮੀਨਸ ਉਹ ਚਾਰਜ ਲੱਗੇਗਾ ਉਹ ਵੀ 302 ਚ ਸ਼ਾਮਲ ਹੋਏਗਾ ਕਿ ਇੰਨੇ ਕੰਮ ਕੀਤਾ ਉਹ ਸਿਰਫ 120 ਵਿੱਚ ਨਹੀਂ ਰਹੇਗਾ ਅੱਛਾ ਹਾਂਜੀ ਜਿਉ ਬਾਹਰ ਬੈਠਾ ਵੀ ਐਕਟ ਕਰਦਾ ਇਹਦੇ ਵਿੱਚ ਇੱਕ ਹੈ ਜਿਹੜੀ ਨਵੀਂ ਆਈਏ ਬੀ ਫਲੈਗ ਲਾਇਏ ਨੇ ਤੁਸੀਂ ਵੇਖ ਰਹੇ ਹੋ ਤੇ ਸੈਕਸ਼ਨ 68 ਆ ਜਾਂਦਾ ਫਿਰ ਸੈਕਸ਼ੂਅਲ ਇੰਟਰਕੋਰਸ ਬਾਏ ਪਰਸਨ ਇਨ ਅਥੋਰਟੀ ਜਿਆਦਾਤਰ ਕੰਪਲੇਂਟ ਆਉਂਦੀ ਸੀ ਪੁਲਿਸ ਵਾਲਿਆਂ ਨੇ ਫੜ ਲਿਆ ਜਾਂ ਮੈਨੂੰ ਮੇਰੇ ਬੌਸ ਨੇ ਬੁਲਾ ਲਿਆ ਮੇਰੇ ਨਾਲ ਕੁਛ ਕਰਤਾ ਸੋ ਉਸ ਕੇ ਬੰਦੇ ਵੀ ਕਹਿੰਦੇ ਸੀ ਤੇ ਕੱਲੀਆਂ ਕੁੜੀਆਂ ਦੀ ਗੱਲ ਆ ਕਰਿਆ ਕਰੋ ਹਰ ਇਨਸਾਨ ਨਾਲ ਗਲਤ ਕੰਮ ਹੋ ਸਕਦਾ ਹੈ ਕਰਨ ਵਾਲਾ ਕ੍ਰਿਮੀਨਲ ਹੈ ਮੈਂਸ ਰੀਆ ਗਿਲਟੀ ਮਾਈਂਡ ਹੈ ਉਹ ਜਿੱਦੇ ਨਾਲ ਵੀ ਹੋਇਆ ਉਹ ਸੈਕਸ਼ਨ 68 ਭਾਰਤੀ ਨਿਆਂ ਸਿ스템 ਅਨੁਸਾਰ ਆਪਣਾ ਰਿਲੀਫ ਲੈ ਸਕਦਾ ਹੈ ਮਤਲਬ ਮੈਂ ਅਥਾਰਟੀ 'ਚਾਂ ਮੈਂ ਪੁਲਿਸ ਅਫਸਰ ਲੱਗਾ ਮੇਰੇ ਕੋਲ ਕੋਈ ਬੰਦਾ ਆਇਆ ਹੈ ਮੈਂ ਉਹਨੂੰ ਤੰਗ ਕਰਕੇ ਪਰੇਸ਼ਾਨ ਕਰਕੇ ਯੂਜ਼ ਕਰਨਾ ਚਾਹਨਾ ਪਰ ਇੱਕ ਚੀਜ਼ ਸਭ ਤੋਂ ਵੱਡੀ ਜਿਹੜੀ ਰਹਿ ਗਈ ਹੈ ਨਾ ਇਸ ਐਕਟ 'ਚ ਆਪਾਂ ਉਹ ਵੀ ਡਿਸਕਸ ਕਰੀਏ ਅੱਜ ਸਾਡੇ ਭਾਰਤ ਵਿੱਚ ਖਾਸ ਕਰਕੇ ਪੰਜਾਬ ਦੀ ਮੈਂ ਗੱਲ ਕਰਦਾ ਹਰਿਆਣਾ ਦੀ ਗੱਲ ਕਰਦਾ ਜਿੱਥੇ ਵੀ ਮੈਂ ਚੱਲ ਜਾਂ ਮੈਂ ਸ਼ਿਕਾਇਤ ਦਿੱਨਾ ਪੁਲਸੋ ਤੇ ਕਾਰਵਾਈ ਨਹੀਂ ਕਰਦੀ ਹੂੰ ਔਰ ਜਦੋਂ ਕਾਰਵਾਈ ਨਹੀਂ ਕਰਦੀ ਮੈਨੂੰ ਕਹਿੰਦੀ ਆਹ ਸਬੂਤ ਲੈ ਕੇ ਆਓ ਸਬੂਤ ਲੈ ਆ ਗਿਆ ਤੇ ਫਿਰ ਇਹਨੂੰ ਵਜਾਈ ਤੂੰ ਛਣਕੜੇ ਵਿੱਚ ਆਉਣੇ ਆ ਜੇ ਸਬੂਤ ਹੀ ਮੈਂ ਇਕੱਠੇ ਕਰਨੇ ਆ ਪਾਵਰ ਪੁਲਸ ਕੋਲ ਆ ਪੁਰਾਣੀ ਮੈਂ ਗੱਲ ਕਰਾਂ ਸੈਕਸ਼ਨ 99 ਵਿੱਚ ਮੇਰੇ ਕੇਸ ਚ ਹੋਇਆ ਮੈਂ ਕੁਝ ਡਾਕੂਮੈਂਟ ਗਲਤ ਬਣੇ ਸੀ ਮੇਰੇ ਮਦਰ ਦੇ ਮੇਰੇ ਫਾਦਰ ਦੇ ਜਦੋਂ ਸਾਡੀ ਪ੍ਰਾਪਰਟੀ ਦਾ ਝਗੜਾ ਪਿਆ ਮੈਂ ਸੈਕਸ਼ਨ 91 ਪੜਿਆ ਸੀ ਆਰ ਪੀ ਸੀ ਦਾ ਮੈਂ ਕਿਹਾ ਵੀ ਪੁਲਿਸ ਵਾਲਿਆਂ ਨੂੰ ਕਿਹਾ ਮੈਂ ਕਿਹਾ ਸਰ 91 ਵਿੱਚ ਤੁਸੀਂ ਇਹ ਨੋਟਿਸ ਬਣਾ ਕੇ ਭੇਜੋ ਇਨਕਮ ਟੈਕਸ ਮਹਿਕਮੇ ਨੂੰ ਤੇ ਤੁਹਾਨੂੰ ਸੂਚਨਾ ਦੇਣਗੇ ਉਹ ਕਹਿੰਦੇ ਸਾਡੀ ਸੁਣਦੇ ਭਾਜੀ ਇਹ ਬਣਾ ਕੇ ਭੇਜ ਕੇ ਵੇਖ ਲਿਆ ਮੈਂ ਕਿਹਾ ਮੁੰਡਾ ਮੇਰੇ ਨਾਲ ਭੇਜੋ ਅਸੀਂ ਮੁੰਡਾ ਲੈ ਕੇ ਗਏ ਅਲਟੀਮੇਟਲੀ ਮੈਨੂੰ ਅ ਅਸਿਸਟੈਂਟ ਕਮਿਸ਼ਨਰ ਤੋਂ ਉੱਪਰ ਇੱਕ ਪੋਸਟ ਹੁੰਦੀ ਆ ਉਹ ਕਮਿਸ਼ਨਰ ਦੀ ਪੋਸਟ ਹੈ ਕਮਿਸ਼ਨਰ ਦੇ ਇੱਕ ਮੈਡਮ ਬੈਠੇ ਸੀ ਕਹਿੰਦੇ ਜੀ ਨਹੀਂ ਅਸੀਂ ਨਹੀਂ ਤੁਹਾਨੂੰ ਇਹ ਸੂਚਨਾ ਦੇਣੀ ਮੈਂ ਕਿਹਾ ਨਾ ਦਿਓ ਤੁਸੀਂ ਇੱਕੋ ਕੰਮ ਕਰੋ ਮੇਰਾ ਨੋਟਿਸ ਰਿਸੀਵ ਕਰ ਲਓ ਕਹਿੰਦੇ ਕਿ ਏਐਸਆਈ ਨੇ ਸਾਨੂੰ ਨੋਟਿਸ ਭੇਜਿਆ ਐਸਆਈ ਦਾ ਨੋਟਿਸ ਤੁਸੀਂ ਕਮਿਸ਼ਨਰ ਨਹੀਂ ਲੈ ਸਕਦਾ ਮੈਂ ਕਹਾ ਸਰ ਮੈਂ ਕਮਿਸ਼ਨਰ ਨੂੰ ਦਿੱਤਾ ਹੀ ਨਹੀਂ ਮੈਂ ਤਾਂ ਅਫੀਸ਼ੀਅਲ ਆਫ ਕਮਿਸ਼ਨਰ ਦਿੰਦਾ ਹੈ ਕਮਿਸ਼ਨਰ ਆਫ ਇਨਕਮ ਟੈਕਸ ਦੇ ਅਫੀਸ਼ੀਅਲ ਯਾਨੀ ਕਿ ਸੁਪਰਡੈਂਟ ਨੂੰ ਦਿੰਦਾ ਹੈ ਕਿ ਇਹ ਰਿਕਾਰਡ ਪੇਸ਼ ਕੀਤਾ ਜਾਵੇ ਇਸ ਕੇਸ 'ਚ ਸਾਨੂੰ ਲੋੜਿੰਦਾ ਹੈ ਪੁਲਿਸ ਨੇ ਤੁਹਾਨੂੰ ਇਹ ਨੋਟਿਸ ਦਿੱਤਾ ਤੁਸੀਂ ਇਹਨੂੰ ਨਹੀਂ ਦੇਣਾ ਤੁਸੀਂ ਨਾ ਕਰੋ ਮੈਂ ਕਹਾਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਆਫਿਸ ਆਫ ਪ੍ਰਾਈਮ ਮਿਨਿਸਟਰ 'ਚੋਂ ਵੀ ਇੱਕ ਏਐਸਆਈ ਚਾਵੇ ਸੈਕਸ਼ਨ 91 ਦਾ ਨੋਟਿਸ ਦੇ ਕੇ ਸੂਚਨਾ ਮੰਗਾ ਸਕਦਾ ਹੈ ਡੈਫੀਨਿਟਲੀ ਉਹ ਪ੍ਰਧਾਨ ਮੰਤਰੀ ਨੂੰ ਨਹੀਂ ਬਿਲਾ ਸਕਦਾ ਰਾਸ਼ਟਰਪਤੀ ਨੂੰ ਨਹੀਂ ਬੁਲਾ ਸਕਦਾ ਮਤਲਬ ਆਪਣੇ ਤੋਂ ਸੀਨੀਅਰ ਰੈਂਕ ਨੂੰ ਨਹੀਂ ਬੁਲਾ ਸਕਦਾ ਉਹਦਾ ਪ੍ਰੋਵੀਜ਼ਨ ਨਾਲ ਅਲੱਗ ਹੈ ਪਰ ਰਿਕਾਰਡ ਲੈਣ ਲਈ ਸੈਕਸ਼ਨ 99 ਦਾ ਨੋਟਿਸ ਸਫੀਸ਼ੀਐਂਟ ਹੈ ਉਹ ਮੈਡਮ ਨੇ ਪਹਿਲਾਂ ਪੱਲੇ ਨਾ ਪੈਂਦੇ ਹੋਏ ਮੈਂ ਕਿਹਾ ਇਦਾਂ ਕਰੋ ਮੈਡਮ ਗੂਗਲ ਬਾਬੇ ਨੂੰ ਲਿਖੋ ਸੈਕਸ਼ਨ 99 ਸੀਆਰਪੀਸੀ ਲੱਗ ਜਾਏਗਾ ਪਤਾ ਜਦੋਂ ਪੜਿਆ ਸੋਚੀ ਪਿਆਗੇ ਹੁਣ ਈਗੋ ਸੀਗੀ ਫਿਰ ਕਹਿੰਦੇ ਜੀ ਆਪਣੇ ਵਕੀਲ ਨਾਲ ਸਲਾਹ ਕਰਕੇ ਦੱਸਾਂਗੇ ਮੈਂ ਕਿਹਾ ਮੈਂ ਵੀ ਤਾਂ ਵਕੀਲ ਹਾਂ ਮੈਂ ਕਿਹੜਾ ਕੋਈ ਪਾਕਿਸਤਾਨ ਦਾ ਲਾੜਾ ਪੜਿਆ ਕਰੋ ਕੰਮ ਅਲਟੀਮੇਟਲੀ ਉਹਨੂੰ ਕੰਮ ਕਰਨਾ ਪਿਆ ਸੋ ਜਿਹੜਾ ਇਹ ਵਾਲੀਆਂ ਇਸ਼ੂਜ਼ ਆ ਰਹੇ ਨੇ ਕਿ ਜਿਹੜੇ ਪਬਲਿਕ ਸਰਵੰਟ ਕੋਲ ਕੰਮ ਹੈ ਮੇਰੇ ਫਾਦਰ ਦਾ ਜਲ ਹੀ ਪੈਨ ਕਾਰਡ ਬਣਿਆ ਮੈਂ ਉਹਨਾਂ ਨੂੰ ਮਹਿਕਮੇ ਨੂੰ ਕਹਿੰਦਾ ਥੱਕ ਗਿਆ ਅਜ ਤੱਕ ਮੈਨੂੰ ਉਹ ਪੈਨ ਕਾਰਡ ਦੇ ਦਿੱਤੇ ਅਪਲਾਈ ਕੀਤੇ ਕਾਗਜ਼ ਉਹਨਾਂ ਕੋਲ ਸਕੈਨ ਕਾਪੀ ਪਈ ਹੈ ਉਹ ਪੈਨ ਕਾਰਡ ਉਹਨਾਂ ਕੋਲ ਪਿਆ ਮੈਨੂੰ ਅਜ ਤੱਕ ਵਾਪਸ ਨਹੀਂ ਦਿੱਤਾ ਗਿਆ ਇਹ ਚੀਜ਼ਾਂ ਤੇ ਵੀ ਜਾਨੀ ਕਿ ਖੋਲ ਖੋਲਣ ਕਿ ਕੀ ਲਿਖਣਾ ਸ ਇਹ ਸੰਗਲੀ ਵੀ ਟਾਈਟ ਕਰਨੀ ਚਾਹੀਦੀ ਸੀ ਕਿ ਜਿਹੜੇ ਪਬਲਿਕ ਲਾ ਹੈਗਾ ਇੰਪਲੀਮੈਂਟੇਸ਼ਨ ਨਹੀਂ ਗਈ ਪੁਰਾਣੇ ਜਿਵੇਂ ਲਾਅ ਦੀ ਗੱਲ ਕਰਾਂ ਸੈਕਸ਼ਨ 166 166 ਸੈਕਸ਼ਨ 217 218 ਆਈਪੀਸੀ ਹੈਗਾ ਪਰ ਜੰਗਾਲ ਲੱਗਾ ਅਜੇ ਤੱਕ ਦੀ ਵਰਤਿਆ ਨਹੀਂ ਗਿਆ ਮੇਰੇ ਵਰਗਾ ਬੰਦਾ ਚਿੱਠੀ ਦਿੰਦਾ ਤੇ ਉਹਤੇ ਕਾਰਵਾਈ ਨਹੀਂ ਕਰਦੇ ਉਲਟਾ ਮੈਨੂੰ ਫੜ ਕੇ ਦਬਾ ਕੇ ਕਹਿੰਦੇ ਸੈਂਡ ਕਰ ਵੀ ਮੈਂ ਵਾਪਸ ਲੈਣਾ ਕੰਪਲੀਟ ਉਹ ਗੁੰਡਾਗਰਦੀ ਵੀ ਚੱਲਦੀ ਹੈ ਸੈਕਸ਼ਨ 86 ਆ ਜਾਂਦਾ ਜੀ ਫਿਰ ਅ क्रੂਅਲਟੀ ਡਿਫਾਈਨਡ ਵੀ ਜਿਹੜੀ 498ਏ ਸੀ ਪਹਿਲਾਂ ਕੁੜੀਆਂ ਵੱਲੋਂ ਉਹਦੇ ਵਾਸਤੇ ਡਿਫਾਈਨਡ ਜਿਹੜਾ ਕਰਤਾ ਹੈ ਸੈਕਸ਼ਨ 85 ਦੇ ਸੈਕਸ਼ਨ 86 ਵੀ ਕਿੰਨੂੰ ਆਪਾਂ ਕੋਰੈਲਿਟੀ ਚ ਮੰਨਣਾ ਹੈ ਕਿੰਨੂੰ ਕੋਰੈਲਿਟੀ ਚ ਨਹੀਂ ਮੰਨਣਾ ਹਮ ਐਗਜ਼ਾਮਪਲ ਮੈਂ ਤੁਹਾਡਾ EMPLOYE ਹਾਂ ਨੌਕਰੀ ਕਰਦਾ ਤੁਹਾਡੇਗਾ ਤੁਹਾਡੀ ਗੱਡੀ ਧੋਣਾ ਉਹਨਾ ਰੋਜ਼ ਨੌਕਰ ਹਾਂ ਮਹੀਨੇ ਦੀ ਤਨਖਾਹ ਮਿਲਦੀ ਹੈ ਮੈਨੂੰ ਮੈਂ ਚੰਗੀ ਤਰ੍ਹਾਂ ਗੱਡੀ ਨਹੀਂ ਧੋਹ ਕੇ ਕਿਹਾ ਤੁਸੀਂ ਮੈਨੂੰ ਮਾਰਿਆ ਦਬਕਾ ਓਏ ਸੁਨੀਲ ਤੈਨੂੰ ਮੈਂ ਨੌਕਰੀ ਉਹ ਕਰ ਦੇਣੀ ਤੂੰ ਚੰਗੀ ਤਰ੍ਹਾਂ ਗੱਡੀ ਨਹੀਂ ਧੋਂਦਾ ਇਹ ਮੈਂ ਮੈਟ੍ਰਿਮੋਨਿਅਲ ਤੋਂ ਬਾਅਦ ਵਾਲੀ ਗੱਲ ਕਰ ਰਿਹਾ ਹਾਂ ਤੇ ਇੱਕ ਕੁਰੈਲਿਟੀ ਨਹੀਂ ਹੈ ਤੁਹਾਡਾ ਰਾਈਟ ਹੈ ਮੇਰੇ ਕੋਲ ਕੰਮ ਲੈਣਾ ਤਾਂ ਮੇਰਾ ਡਿਊਟੀ ਬਣਦੀ ਹੈ ਮੈਂ ਕੰਮ ਪੂਰਾ ਕਰਾਂ ਇਸੇ ਤਰ੍ਹਾਂ ਮੈਰਿਡ ਊਮਨ ਉਹਦੀਆਂ ਕਿਹੜੀਆਂ-ਕਿਹੜੀਆਂ ਡਿਊਟੀਆਂ ਬਣਦੀਆਂ ਨੇ ਔਰ ਕੁਰੈਲਿਟੀ ਕਿਸ ਲੈਵਲ ਤੱਕ ਡਿਫਾਈਨਡ ਹੈ ਉਹ ਨਿਰਭਰ ਕਰਦਾ ਹੈ ਤੇ ਯਾਨੀ ਕਿ ਵੀ ਜੇ ਕਿਸੇ ਨੇ ਰੋਬਨਾ ਕਹਤਾ ਤਾਂ ਉਹ ਜ਼ਰੂਰੀ ਨਹੀਂ ਹੈਗਾ ਕਿ ਰੋਣ ਦੀ ਕਿਤਾਬ ਚ ਪਹਿਲਾਂ ਮੰਨਿਆ ਜਾਂਦਾ ਹੋਊਗਾ ਤੇ ਹੁਣ ਮੰਨਿਆ ਉਹ ਉਹਦੇ ਉਹਦੇ ਲੈਵਲ ਡਿਫਾਈਨ ਕਰਦੇ ਨਹੀਂ ਤਾਂ ਹਰ ਗੱਲ ਨੂੰ ਕੁਆਲਿਟੀ ਮੰਨ ਲਿਆ ਜਾਂਦਾ ਸੀ ਦੇਖੋ ਮੈਂ ਇੱਥੇ ਅਫਸੋਸ ਦੀ ਗੱਲ ਕਰਨਾ ਚਾਹੁੰਨਾ ਸਾਡੇ ਵੀ ਘਰ ਧੀਆਂ ਵੀ ਐ ਪੈਣਾ ਵੀ ਐ ਬੀਵੀ ਵੀ ਐ ਸਾਰੀ ਐ ਇੱਕੋ ਹੀ ਆ ਬੀਵੀ ਵੀ ਦੱਸ ਦਿਆਂ ਮੈਂ ਪਰ ਉਹਦੇ ਵਿੱਚ ਬੜੀ ਸਿੰਪਲ ਜੀ ਗੱਲ ਹੈ ਸਾਨੂੰ ਸਾਡੇ ਸਾਰਿਆਂ ਨੂੰ ਨਾ ਕੁਝ ਇਹਦੇ ਚ ਬਿਸ਼ਰਮ ਲੋਕ ਵੀ ਨੇ ਉਹਦਾ ਵੀ ਨਾਮ ਵਿੱਚੇ ਲੈ ਲੈਣਾ ਹੱਕ ਤੇ ਪਤਾ ਮੈਨੂੰ ਆਰ ਮਿਲਣਾ ਚਾਹੀਦਾ ਮੈਨੂੰ ਉਹ ਮਿਲਣਾ ਚਾਹੀਦਾ ਮੇਰਾ ਘਰ ਵਾਲਾ ਜੇ ਮਰ ਗਿਆ ਤੇ ਮੈਨੂੰ ਸੱਸ ਕੁਆ ਮਿਲਣਾ ਚਾਹੀਦਾ ਹਾਂ ਹਾਂ ਜ਼ਿੰਮੇਵਾਰੀ ਬਿਲਕੁਲ ਨਹੀਂ ਪਤਾ ਕਿ ਮੈਂ ਘਰ ਦੀ ਰੋਟੀ ਵੀ ਬਣਾਉਣੀ ਹੈ ਮੈਂ ਧਿਆਨ ਵੀ ਰੱਖਣਾ ਹੈ ਮੈਂ ਪਰਿਵਾਰ ਵਾਂਗੂ ਰਹਿਣਾ ਹੈ ਉਦੋਂ ਮੈਨੂੰ ਘਰ ਚ ਕੋਈ ਨਹੀਂ ਚਾਹੀਦਾ ਸਿਵਾਏ ਘਰ ਵਾਲੇ ਤੋਂ ਤੇ ਘਰ ਵਾਲਾ ਵੀ ਸ਼ਾਮ ਨੂੰ ਆਏਗਾ ਤੇ ਆਪਾਂ ਉਹਦੇ ਨਾਲ ਲੜਨਾ ਪੁੱਤੀ ਗਲੇਸ਼ ਕਰਨਾ ਪਰ ਡਿਊਟੀਆਂ ਉਹਦੇ ਬਦਲ ਕੀ ਨਿਭਾਉਣੀ ਆ ਬੜਾ ਅਫਸੋਸ ਹੈ ਬੜੇ ਘੱਟ ਲੋਕਾਂ ਨੂੰ ਅੱਜ ਉਹ ਜ਼ਿੰਮੇਵਾਰੀਆਂ ਪਤਾ 90% ਕੁੜੀਆਂ ਨੂੰ ਤਾਂ ਰੋਟੀ ਵੀ ਨਹੀਂ ਬਣਾਉਣੀ ਹੁੰਦੀ ਅੱਜਕੱਲ੍ਹ ਦੀਆਂ ਜਿਹੜੀਆਂ ਨਵੀਆਂ ਫਿਰ ਆਜੋ 111 ਤੇ ਆਰਗੇਨਾਈਜ਼ਡ ਕ੍ਰਾਈਮ ਇਹ ਲਾਜ ਚੇਂजेस ਆਈਆਂ ਵੀ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਹੈ ਉਹਦਾ ਕਿਦਾਂ ਕਿਦਾਂ ਨੂੰ ਆਰਗੇਨਾਈਜ਼ ਮੰਨਿਆ ਜਾਏਗਾ ਕਿਦਾਂ ਨੂੰ ਸਿੰਡੀਕੇਟ ਵੀ ਸਾਜ਼ਿਸ਼ ਕਰਕੇ ਜਾਂ ਚਾਰ ਬੰਦੇ ਨਾਲ ਲੈ ਕੇ ਕੀਤੀ ਚਾਰ ਬੰਦੇ ਕੀਤੇ ਜਾਂ ਕਿੱਥੋਂ ਸਿੰਡੀਕੇਟ ਸ਼ੁਰੂ ਹੋਇਆ ਕਿਧਰੋਂ ਖਤਮ ਹੋਇਆ ਗੱਲਾਂ ਲੰਬੀਆਂ ਨੇ ਇਕਨੋਮਿਕ ਅਫੈਂਸ ਹੈ ਤੇ ਉਹਦੇ ਕੀ ਕ੍ਰਾਈਟਰੀਆਜ਼ ਨੇ ਉਹਦੇ ਬਾਰੇ ਜ਼ਿਕਰ ਕੀਤਾ ਗਿਆ ਫਿਰ 112 ਆਜੋ ਪੈਟੀ ਆਰਗੇਨਾਈਜ਼ਡ ਕ੍ਰਾਈਮ ਜਿਹੜੇ ਛੋਟੇ ਛੋਟੇ ਹੁੰਦੇ ਨੇ ਉਹਨਾਂ ਦੀ ਵੀ ਕੈਟਾਗਰੀ ਡਿਫਾਈਨ ਕਰ ਦਿੱਤੀ ਗਈ ਹੈ 113 ਚ ਆਜੋ terrorist act add ਕਰ ਦਿੱਤਾ ਗਿਆ ਉਹਦੇ ਨਾਲ ਕੀ ਹੋਊਗਾ ਸਰ ਪਹਿਲਾਂ ਜਿਹੜੀ IPC ਚ terrorist act ਦੀ ਕੋਈ ਖਾਸ ਧਾਰਾ ਨਹੀਂ ਸੀ ਹੁਣ ਉਹਦੇ ਮੁਤਾਬਕ ਉਹਦੀ ਪ੍ਰੋਵੀਜ਼ਨਸ ਉਹਦੀਆਂ ਮਨ ਲਓ ਮੈਂ ਇੱਥੇ ਐਂਟੀ ਇੰਡੀਆ ਸਲੋਗਨ ਲਾਉਣਾ ਮੈਂ ਕਿਸੇ ਨਵੇਂ ਮੁਲਕ ਦਾ ਨਾਮ ਲੈ ਕੇ ਜਿੰਦਾਬਾਦ ਕਵਾਂ ਕ੍ਰਾਈਮ ਨਹੀਂ ਹੈ ਪਰ ਜੇ ਮੈਂ ਇੰਡੀਆ ਦਾ ਝੰਡਾ ਪੈਰਾਂ 'ਚ ਪਾਉਣਾ ਬਾਹਰ ਬੈਠਾ ਵੀ ਪਾਉਣਾ ਤੇ ਮੇਰੇ ਤੇ ਉਹ ਕ੍ਰਾਈਮ ਲੱਗੂਗਾ ਜਿਵੇਂ ਕੋਈ ਟੈਰਰਿਸਟ ਐਕਟੀਵਿਟੀ ਦੀ ਕੁਝ ਬਾਰੋਂ ਕੋਈ ਵਾਰ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਉਹਨਾਂ ਤੇ ਪਰਚੇ ਹੋਣਗੇ ਇੰਡੀਆ ਚ ਵੀ ਪਰਚੇ ਹੋਣਗੇ ਤੇ ਉੱਥੋਂ ਉਹਨਾਂ ਨੂੰ ਐਕਸ਼ਨ ਲੈਣਾ ਪਊਗਾ ਕਲੀਅਰ ਕਰਿਆ ਉਹਨਾਂ ਨੇ ਬਿਲਕੁਲ ਕਲੀਅਰ ਕਰਿਆ ਜੀ ਤੁਸੀਂ ਹਾਂਜੀ ਇੰਡੀਆ ਦੀ ਸਵੈਰਨਟੀ ਨੂੰ ਕਿਸੇ ਵੀ ਮੁਲਕ ਚ ਬਹਿ ਕੇ ਉਹਦੀ ਤਜੀੜਾਉਂਦੇ ਉਹ ਤੇ ਤੁਹਾਡੀਆਂ ਉੱਡ ਜਾਣਗੀਆਂ ਇਹ ਗਾਰੰਟੀ ਹੈ ਤੁਹਾਨੂੰ ਚੁੱਕ ਕੇ ਇੰਡੀਆ ਭੇਜ ਦਿੱਤਾ ਜਾਏਗਾ ਉਥੋਂ ਡਿਪੋਰਟ ਕਰ ਜਿਹੜੇ ਸਾਡੇ ਲੋਕ ਉਧਰ ਕੋਈ ਵਾਰ ਜਾ ਕੇ ਬਾਹਰ ਵੀਡੀਓ ਤੇ ਨਹੀਂ ਪਤਾ ਹੁੰਦਾ ਚਲੋ ਨਹੀਂ ਪਤਾ ਹੁੰਦਾ ਭਾਵਨਾਵਾਂ ਚ ਬਹਿ ਕੇ ਕਰ ਦਿੰਦੇ ਨੇ ਤਾਂ ਇ ਤੁਸੀਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਕਹਿ ਸਕਦਾ ਬਈ ਸੁਮਿਤਰਾ ਮੇਰੀ ਨਹੀਂ ਬਣਦੀ ਜਾਂ ਸੁਮਿਤ ਨੇ ਮੇਨਾ ਠੱਗੀ ਮਾਰੀ ਐ ਪਰ ਮੈਂ ਸੁਮਿਤ ਨੂੰ ਤਮਗਾ ਤੇ ਨਹੀਂ ਦੇ ਸਕਦਾ ਨਾ ਇਹ ਚੋਰ ਐ ਡਾਕੂ ਐ ਬੇਈਮਾਨ ਐ ਇੱਕ ਲੈਣਾ ਕਈਆਂ ਲਈ ਤੂੰ ਚੰਗੇ ਹੋ ਸਕਦੇ ਹੋ ਐਂਡ ਵਾਈਸ ਅਵਰਸਾ ਤੇ ਇਸੇ ਤਰ੍ਹਾਂ ਆਪਾਂ ਇੱਕ ਕੰਟਰੀ ਦੀ ਸਵੈਰਨਟੀ ਨੂੰ ਉੱਥੇ ਕਰੋੜਾਂ ਦੇ ਹਿਸਾਬ ਨਾਲ ਲੋਕ ਲੜ ਰਹੇ ਆ ਹੋ ਸਕਦਾ ਤੁਹਾਨੂੰ ਕੁਝ ਚੀਜ਼ ਚੰਗੀ ਨਾ ਲੱਗੀ ਹੋਵੇ ਮੈਂ ਤਾਂ ਨਹੀਂ ਕਹਿੰਦਾ ਚੰਗੀ ਲੱਗੀ ਹੋਗੀ ਹੁਣ ਜਿਹੜੇ ਫੋਰਨ ਤੋਂ ਆਉਂਦੇ ਉਹਨਾਂ ਦੇ ਬੈਗ ਚੋਰੀ ਹੁੰਦੇ ਨੇ ਉਹਦੋਂ ਕਹਣਗੇ ਇੰਡੀਆ ਵਾਲੇ ਚੋਰ ਨੇ ਸਾਡੇ ਸਾਰਿਆਂ ਦੇ ਮੱਥੇ ਤੇ ਲੱਗ ਗਿਆ ਇਥੇ ਮੇਰਾ ਬਾਪ ਚੋਰ ਹੈ ਮਰਦ ਫਿਲਮ ਦਾ ਡਾਇਲੋਗ ਸੋ ਇਦਾਂ ਥੋੜੀ ਹੁੰਦਾ ਸੋ ਉਹ ਮਰਿਆਦਾ ਦਾ ਧਿਆਨ ਰੱਖਣਾ ਪੈਗਾ ਇੱਕ ਕੰਟਰੀ ਦੀ ਯਾਨੀ ਕਿ ਸੁਨੀਲ ਮੱਲਣ ਕੋਈ ਠੱਗੀ ਮਾਰਦਾ ਤੇ ਮੇਰੇ ਖਾਨਦਾਨ ਨੂੰ ਚੋਰੀ ਕਰਨ ਦਾ ਅਧਿਕਾਰ ਤੁਹਾਨੂੰ ਨਹੀਂ ਹੈਗਾ ਇਹ ਠੀਕ ਗੱਲ ਸਤਾਨਨਾ ਉਹਨੇ 200 ਉਸੇ 17 ਦੇ ਉੱਤੇ ਇਹਨੂੰ ਕਰ ਦਿੱਤਾ ਗਿਆ 152 ਦੀ ਗੱਲ ਕਰਦਣਾ ਸੋਵਰਨਟੀ ਜਿਹੜੀ ਮੈਂ ਤੁਹਾਨੂੰ ਇੰਟੈਗ੍ਰਿਟੀ ਦੀ ਪਨਿਸ਼ਮੈਂਟ ਦੀ ਗੱਲ ਕਰ ਰਿਹਾ ਇਹਦੇ ਵਿੱਚ 152 ਸੈਕਸ਼ਨ ਚ ਭਾਰਤੀ ਨਿਆਂ ਸੰਵਿਧਾਨ ਚ ਆ ਗਿਆ ਹਲੇ ਬੜਾ ਥੋੜਾ ਪੜਿਆ ਹਲੇ ਹੋਰ ਵੀ ਪੜਨ ਵਾਲਾ ਫਿਰ ਆ ਜਾਓ 304 304 ਸਨੇਚਿੰਗ ਇਹਦੀਆਂ ਡੈਫੀਨੇਸ਼ਨਸ ਹੁਣ ਚੇਂਜ ਹੋ ਚੁੱਕੀਆਂ ਨੇ ਜਿਹੜੀ ਇਹ ਪਹਿਲਾਂ 379 ਵੀ ਹੁੰਦੀ ਸੀ ਇਹ 304 ਹੋ ਗਈ ਹੈ ਵੀ ਜੇ ਥੈਫਟ ਇਸ ਸਨੇਚਿੰਗ ਇਫ ਇਨ ਆਰਡਰ ਟੂ ਕਮਿਟ ਦਾ ਕਮਿਟ ਥੈਫਟ ਦ ਆਫੈਂਡਰ ਸਡਨਲੀ অর ਕੁਇਕਲੀ অর ਫੋਰਸੀਬਲੀ ਸੀਜ਼ਸ অর ਸਿਕਿਓਰ অর ਗ੍ਰੈਬਸ ਟੇਕਸ ਅਵੇ ਫਰਮ ਐਨੀ ਪਰਸਨ ਵੀ ਜੇ ਬੰਦਾ ਕਿਸੇ ਧੋਖੇ ਨਾਲ ਕਿਸੇ ਤਰੀਕੇ ਲੈ ਜਾਂਦਾ ਤੇ ਉਹ ਕਿਸ ਕੈਟਾਗਰੀ ਚ ਉਹਨੂੰ ਸਨੇਚਿੰਗ ਦੀ ਕੈਟਾਗਰੀ ਚ ਮੰਨਿਆ ਜਾਂਦਾ ਹੈ ਉਹ ਵੀ ਡਿਫਾਈਨ ਕਰ ਦਿੱਤਾ ਗਿਆ ਫਿਰ ਕਿ ਬਹੁਤ ਬਹੁਤ ਲੰਮਾ ਹੋ ਜਾਏਗਾ ਆਪਾਂ ਪ੍ਰੋਗਰਾਮ ਥੋੜਾ ਛੋਟਾ ਕਰੀਏ ਇਹਦੇ ਵਿੱਚ ਕਿਸੇ ਦਿਨ ਵੱਖਰਾ ਪ੍ਰੋਗਰਾਮ ਕਰ ਲੈਣੇ ਇਕੱਲੇ ਇਕੱਲੇ ਲਾ ਨੂੰ ਪੜਾ ਦੰਨੇ ਆ ਵੀ ਕਿਤੇ ਕਿਤੇ ਇਹ ਚੀਜ਼ਾਂ ਇਹ ਹੁੰਦੀਆਂ ਨੇ ਨਾ ਮੱਲਨ ਸਾਹਿਬ ਸਮਝਣ ਦੀ ਗੱਲ ਇਹ ਹੁੰਦੀ ਆ ਵੀ ਇੱਕ ਐਗਜ਼ਾਮਪਲ ਤੌਰ ਤੇ ਇਹ ਚੀਜ਼ਾਂ ਸਮਝ ਸਕਦੇ ਆ ਕਿ ਜਿਹੜੇ ਪੁਰਾਣੇ ਸਿਸਟਮ 'ਚ ਅਸੀਂ ਗੱਲੀਬਾਤੀ ਸਮਝਦਾ ਸੀ ਵੀ ਨਹੀਂ ਜੀ ਕਾਨੂੰਨ ਦੇ ਦਾਰੇ 'ਚ ਇਹ ਨਹੀਂ ਆਉਂਦਾ ਬਹੁਤ ਸਾਰੇ ਲੋਕ ਕਹਿੰਦੇ ਸੀਗੇ ਤਾਂ ਇਹ ਚੀਜ਼ ਇਹਦੇ ਵਿੱਚ ਨਵੇਂ ਕਾਨੂੰਨ ਦੇ ਵਿੱਚ ਇਹ ਚੀਜ਼ ਨੂੰ ਕਲੀਅਰਿਫਾਈ ਕਰਤਾ ਅੱਜ ਦੇ ਸਮੇਂ ਦੇ ਹਿਸਾਬ ਦੇ ਨਾਲ ਵੀ ਜੋ ਅੱਜ ਦੇ ਸਮੇਂ 'ਚ ਚੱਲ ਰਿਹਾ ਹੈ ਚਾਹੇ ਉਹ ਇਲੈਕਟ੍ਰੋਨਿਕ ਹੈ ਚਾਹੇ ਨਾਨ ਇਲੈਕਟ੍ਰੋਨਿਕ ਹੈ ਚਾਹੇ ਜਿਵੇਂ ਆਪਾਂ ਗੱਲਾਂ ਕਰ ਰਹੇ ਸੀ ਵੀ ਬਾਹਰੋਂ ਕੋਈ ਵੀਡੀਓ ਆ ਗਿਆ ਜਾਂ ਉਰੋਂ ਤੋਂ ਬਾਹਰ ਕਿਸੇ ਨੇ ਕਰਤਾ ਕਿਉਂਕਿ ਪ ਡਿਜੀਟਲ ਐਵੀਡੈਂਸ ਸੋਸ਼ਲ ਮੀਡੀਆ ਵਿੱਚ ਆ ਗਿਆ ਫੇਸਬੁੱਕ ਇੰਸਟਾ ਸਨੈਪਚੈਟ ਦੁਨੀਆ ਭਰ ਦੀ ਚੀਜ਼ਾਂ ਆ ਗਈਆਂ ਵਟਸਐਪ ਦਾ ਮੈਸੇਜ ਆ ਗਿਆ ਨੋਰਮਲ ਐਸਐਮਐਸ ਆ ਗਿਆ ਕੋਈ ਐਸਐਮਐਸ ਜਿਹੜਾ ਕੋਈ ਵੀ ਖੁਰਾਫਤ ਕਰ ਸਕਦਾ ਉਹ ਅੱਜ ਉਹ ਐਵੀਡੈਂਸ ਦੇ ਤੌਰ ਤੇ ਡਿਜੀਟਲ ਇਨਫੋਰਮੇਸ਼ਨ ਮੁਤਾਬਕ ਵਰਤਿਆ ਜਾ ਸਕਦਾ ਤੇ ਪਹਿਲਾਂ ਵਰਤਿਆ ਜਾਂਦਾ ਸੀ ਪਰ ਉਹਦੇ ਵਿੱਚ ਉਹਨੂੰ ਪ੍ਰੂਫ ਕਰਨ ਲਈ ਉਹ ਕਈ ਕੁਝ ਹੋਰ ਕਰਨ ਲਈ ਬੜੇ ਲੰਬੇ ਪ੍ਰੋਸੀਜਰ ਸੀ ਇਹਦੇ ਸ਼ਾਰਟਕਟ ਕਰਦਾ ਫਿਰ ਕਮਿਊਨਿਟੀ ਸਰਵਿਸ ਦੀ ਮੈਂ ਤੁਹਾਨੂੰ ਗੱਲ ਕਰ ਸਕਾਂ ਜੈਂਡਰ ਇਕੁਐਲਿਟੀ ਦੀ ਨਿਊਟਰਲ ਦੀ ਗੱਲ ਕਰ ਚੁੱਕਾ ਕਿ 18 ਸਾਲ ਤੋਂ ਜੋ ਛੋਟਾ ਮੁੰਡਾ ਜਾਂ ਕੁੜੀ ਹੈ ਜੋ ਮੁੰਡੇ ਨੇ ਵੀ ਕਿਹਾ ਮੇਰੇ ਤੇ ਆ ਹੋਇਆ ਜ਼ੁਲਮ ਤੇ ਉਹ ਲੱਗੇਗਾ ਕੁਝ ਐਕਟ ਵਿੱਚ ਵੱਡੇ ਵਾਸਤੇ ਵੀ ਉਹ ਜੁਰਮ ਨਾਲ ਨਾਲ ਐਪਲੀਕੇਬਲ ਕਰਾਏ ਗਏ ਨੇ ਮਿਨੀਮਮ ਜਿਹੜੀ ਪਨਿਸ਼ਮੈਂਟ ਹੈ ਮੈਂ ਉਹਦੀ ਗੱਲ ਵੀ ਸਮਝਾ ਚੁੱਕਾ ਤੇ ਦੱਸ ਚੁੱਕਾ ਔਰ ਜਿੱਥੋਂ ਤੱਕ ਆ ਜਾਂਦਾ ਹੈ ਸੈਕਸ਼ਨ 2 ਸੈਕਸ਼ਨ 2 ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਉਦੇ ਵਿੱਚ ਫਾਸਟ ਐਂਡ ਐਫੀਸ਼ੀਐਂਟ ਜਸਟਿਸ ਦੀ ਗੱਲ ਕੀਤੀ ਗਈ ਹੈ ਜਿਹੜਾ ਪਿਛਲੇ 160 ਸਾਲ ਦੀ ਗੱਲ ਕੀਤੀ ਗਈ ਕਿ ਜੋ-ਜੋ ਉਹਦੇ ਵਿੱਚ ਬਦਲਾਅ ਆਏ ਨੇ ਅੱਜ ਨਵੇਂ ਤਰੀਕਿਆਂ ਨਾਲ ਉਹ ਚੀਜ਼ਾਂ ਅਪਣਾ ਲਈਆਂ ਗਈਆਂ ਐ ਗਵਰਨਮੈਂਟ ਵਿਧਮੰਤਰਾ ਸਬਕਾ ਸਾਥ ਸਬਕਾ ਵਿਕਾਸ ਉਸ ਦੇ ਮੁਤਾਬਕ ਜਿਹੜੇ ਪਬਲਿਕ ਐਵੀਡੈਂਸ ਹੈ ਉਹਨਾਂ ਚੀਜ਼ਾਂ ਦੇ ਉੱਤੇ ਗੱਲ ਕੀਤੀ ਗਈ ਹੈ ਫਿਰ ਧਾਰਾ 105 ਦੇ ਵਿੱਚ ਆ ਜਾਓ ਤੇ ਇੱਧਰ ਗਈ 105 ਰਿਕਾਰਡਿੰਗ ਔਫ ਸਰਚ ਐਂਡ ਸੀਜ਼ਰ ਥਰੂ ਆਡੀਓ ਵੀਡੀਓ ਇਲੈਕਟ੍ਰੋਨਿਕ ਸਿਸਟਮ ਤੁਸੀਂ ਉਹਨੇ ਪੁੱਛ ਕੇ ਹਟਿਓ ਜਿਵੇਂ ਆਪਣੇ ਕੈਮਰੇ ਨਾਲ ਉਹ ਰਿਕਾਰਡ ਕਰ ਰਹੇ ਆ ਕ੍ਰਾਈਮ ਸੀਨ ਤੇ ਉਹ ਵੀ ਇੱਕ ਐਵੀਡੈਂਸ ਦੇ ਤੌਰ ਤੇ ਮੰਨੀ ਜਾਏਗੀ ਉਹਦੀ ਕੁਝ ਕ੍ਰਾਈਟੇਰੀਆ ਰਹਿਣਗੇ ਇਹ ਨਹੀਂ ਕਿ ਬਿਲਕੁਲ ਬਲਾਈਂਡਲੀ ਅੱਜ ਕੱਲ ਤੇ ਮਤਲਬ ਮੇਰੇ ਚਿਹਰੇ ਤੇ ਗਾਂਧੀ ਦਾ ਚਿਹਰਾ ਲਾਣਾ ਕੋਈ ਵੱਡਾ ਕੰਮ ਨਹੀਂ ਆ ਜਾਂ ਮੈਨੂੰ મોદી ਬਣਾਉਣਾ ਕੋਈ ਚੰਗਾ ਮਾੜਾ ਕੰਮ ਨਹੀਂ મોદી ਦੀ ਬਾਦਸ਼ਾਹ ਨੂੰ ਬਦਲਣਾ ਕੋਈ ਔਖਾ ਕੰਮ ਨਹੀਂ ਰਹਿ ਗਿਆ ਪਰ ਉਹ ਫੋਰੈਂਸਿਕ ਟੈਸਟ ਰਹਿਣਗੇ ਉਹਦੀ ਅਲਟਰੇਸ਼ਨ ਐਡੀਸ਼ਨ ਐਡੀਟਿੰਗ ਐਡੀਸ਼ਨ ਕਰਨ ਵਾਲੇ ਬੰਦੇ ਤੇ ਵੀ ਪਨਿਸ਼ਮੈਂਟ ਆ ਜੇ ਕੋਈ ਗਲਤ ਕਰਦਾ ਉਹਨੂੰ ਸਜ਼ਾ ਦੇਵਾਉਣਾ ਸੌਖਾ ਹੋ ਗਿਆ ਹਾਂ ਜੇ ਕੋਈ ਤੁਹਾਡੇ ਕੋਲ ਪੁਖਤਾ ਸਬੂਤ ਨੇ ਔਰ ਉਹ ਕੰਮ ਕਰਦਾ ਤੇ ਉਹਨੂੰ ਜਿਹੜਾ ਕਰਾਣਾ ਕਾਫੀ ਸੌਖਾ ਹੋ ਗਿਆ ਕਮਿਊਨਿਟੀ ਸਰਵਿਸ ਦੇ ਵਿੱਚ ਇਹ ਡੇਟ ਮਤਲਬ ਤੁਸੀਂ ਆਉਣ ਵਾਲੇ ਟਾਈਮ ਤੇ ਦੇਖੋਗੇ ਕਿ ਇਹਦੇ ਪ੍ਰੋਸੀਜਰ ਵਿੱਚ ਨਾ ਪ੍ਰੋਸੀਜਰ ਵੀ ਸੈੱਟ ਕਰ ਰਹੇ ਨੇ ਉਹਨੂੰ ਕਿ ਫਾਰ ਇਗਜ਼ਾਮਪਲ ਇੱਕ ਸਿਵਲ ਕੇਸ ਫਾਈਲ ਕੀਤਾ ਮੈਂ ਉਹਦੇ ਵਿੱਚ ਕੋਰਟ ਨੂੰ ਲਿਖ ਦਿੱਤਾ ਜਾਏਗਾ ਕਿ ਇੰਨੀ ਤਰੀਕ ਤੱਕ 45 ਦਿਨ ਦਾ ਟਾਈਮ ਦਿਓ ਜਿਵੇਂ ਸਾਡੀਆਂ ਕੰਜ਼ਿਊਮਰ ਕੋਰਟਾਂ ਚ ਹੋ ਚੁਕਾ 46ਵਾਂ ਦਿਨ ਜਾ ਕੇ ਤੁਸੀਂ ਆਪਣਾ ਰਿਪਲਾਈ ਜਮ੍ਹਾਂ ਕਰਾਓ ਤੇ ਲਿਆ ਹੀ ਨਹੀਂ ਜਾਂਦਾ ਹੁਣ ਰਿਕਾਰਡ 45 ਦਿਨ ਦਾ ਫਿਕਸ ਟਾਈਮ ਹੈ ਕੀ 45 ਦਿਨ ਦੇ ਦੋ ਇਸ ਵਿੱਚ ਇੱਕ ਚੀਜ਼ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਲਾਗੂ ਹੋ ਗਿਆ ਹੁਣ ਏਮਨ ਲਈ ਨੰਬਰ ਦੋ ਤੇ ਇੱਕ ਤਰੀਕ ਤੋਂ ਇਹ ਲਾਗੂ ਹੈ ਹਾਂ ਇਹ ਤਾਂ ਚਲੋ ਹੋ ਲਈ ਦੂਜੇ ਪਾਸੇ ਜਿਹੜੇ ਹੁਣ ਪੁਰਾਣੇ ਮਾਮਲੇ ਚੱਲਦੇ ਨੇ ਉਹੀ ਚ ਕਨਵਰਟ ਹੋ ਜਾਣਗੇ ਜਾਂ ਉਹ ਆਪਦੇ ਜਗ੍ਹਾ ਤੇ ਚੱਲਦੇ ਰਹਿਣਗੇ ਇੱਕ ਤਰੀਕ ਵਾਲੀਆਂ ਜਿਹੜੀਆਂ ਕੋਈ ਐਫਆਈਆਰਸ ਰੱਬ ਕਰਕੇ ਨਾ ਹੋਵੇ ਪਰ ਜਿਹੜੀਆਂ ਐਫਆਈਆਰਸ ਹੋਣ ਗਿਆ ਉਹ ਇਹਦੇ ਆਧਾਰ ਤੇ ਹੋਣੀਆਂ ਜਿਹੜੇ ਪਿਛਲੇ ਕਾਨੂੰਨ ਦੇਖੋ ਲਾਅ ਚ ਖੋਰ ਪ੍ਰੋਵੀਜ਼ਨ ਹੈ ਉਹਦੀ ਮੈਨੂੰ ਪਿੱਛੇ ਸੁਪਰੀਮ ਕੋਰਟ ਦੀ ਕਿਹ ਮੈਂ ਜੱਜਮੈਂਟ ਪੜੀ ਹੈ ਜੇ ਪੁਰਾਣੇ ਪੁਰਾਣੇ ਲਾਅ ਚ 20 ਸਾਲ ਕੈਦ ਹੈ ਪਰ ਨਵੇਂ ਚ ਉਹਨੂੰ 10 ਕਰ ਦਿੱਤਾ ਗਿਆ ਤੇ ਡੈਫੀਨੇਟਲੀ ਉਹਨੂੰ ਨਵੇਂ ਲਾਅ ਨਾਲ ਕੰਸੀਡਰ ਕਰਕੇ ਤੇ ਉਹਦੇ ਚ ਬੈਨੀਫਿਟ ਦਿੱਤਾ ਜਾ ਸਕਦਾ ਤੇ ਜਿਹੜੀ ਪੁਰਾਣੇ ਲਾਅ ਚ ਜ਼ਿਆਦਾ ਸੀ ਪੁਰਾਣੇ ਲਾਅ ਚ ਘੱਟ ਸੀ ਤੇ ਨਵੇਂ ਚ ਜ਼ਿਆਦਾ ਹੋ ਗਈ ਹੈ ਉਹਦੇ ਵਿੱਚ ਉਹਨੂੰ ਪਰਵੀਜ਼ਨ ਨਹੀਂ ਦਿੱਤੀ ਜਾਏਗੀ। ਅੱਛਾ। ਹਾਂ ਮਤਲਬ ਜੇ ਘਟਿਆ ਤੇ ਫਾਇਦਾ ਦਿੱਤਾ ਜਾਏਗਾ ਜੇ ਵਧਿਆ ਤੇ ਫਾਇਦਾ ਨਹੀਂ ਦਿੱਤਾ ਜਾਏਗਾ। ਹੂੰ। ਸੋ ਅਕੋਰਡਿੰਗਲੀ ਅਕੋਰਡਿੰਗਲੀ ਲਾਅ ਚ ਜਿਹੜੀਆਂ ਚੇਂਜੇਸ ਆਈਆਂ ਨੇ ਜੋ ਪੁਰਾਣਾ ਲਾਅ ਚੱਲਦਾ ਪਿਆ ਉਹ ਉਹਦੇ ਮੁਤਾਬਕ ਚੱਲਦਾ ਰਹੇਗਾ। ਔਰ ਇਹਦੇ ਲਈ ਸਪੈਸ਼ਲ ਪਰਮਿਸ਼ਨਾਂ ਸ਼ੁਰੂ ਚ ਲੱਗਣਗੀਆਂ। ਔਰ ਉਸ ਤੋਂ ਬਾਅਦ ਨੈਕਸਟ ਜਿਹੜਾ ਅੱਜ ਇੱਕ ਤਰੀਕ ਤੋਂ ਜਿਹੜੀ ਐਫ ਆਈ ਆਰ ਕੱਟੀ ਜਾਏਗੀ ਉਹ ਨਵੇਂ ਕਾਨੂੰਨ ਮੁਤਾਬਕ ਹੀ ਕੱਟੀ ਜਾਏਗੀ। ਜੇ ਇਹਨੂੰ ਨਹੀਂ ਰੋਕਿਆ ਜਾਂਦਾ। ਇਹ ਚਾਰਟ ਇਸ ਤਰ੍ਹਾਂ ਦੇ ਦਿੱਤੇ ਨੇ ਕਿਤਾਬਾਂ 'ਚ ਕਿ ਪੁਰਾਣਾ ਲਾਅ ਕੀ ਕਹਿੰਦਾ ਸੀ ਵਕੀਲਾਂ ਨੂੰ ਤਾਂ ਦੋਨੇ ਪੜ੍ਹਨੇ ਪੈਗੇ ਸਾਨੂੰ ਤੇ ਇਹਦੇ ਨਾਲ ਹੋਰ ਵੀ ਬੜਾ ਕੁਝ ਪੜ੍ਹਨਾ ਪੈਣਾ ਜੀ ਹੁਣ ਪੁਰਾਣੇ ਦੇ ਲਾਅ ਯਾਦ ਹੁੰਦੇ ਸੀ ਰੈਡ ਵਿਦ ਸੂ 100 ਸੂ 100 ਸੂ 100 ਸੂ 100 ਹੁਣ ਕਿਤਾਬ ਖੋਲਣੀ ਪੈਗੀ ਤੇ ਇਹਨੂੰ ਯਾਦ ਕਰਨ ਲਈ ਸਾਨੂੰ ਤੇ ਦੋ ਵਕਾਲਤ ਦੀਆਂ ਡਿਗਰੀਆਂ ਕਰਨੀਆਂ ਪੈਣੀਆਂ ਸਾਨੂੰ ਕੋਈ ਪੈਸੇ ਵਧਾ ਦਿਓ ਸਾਡੇ ਹੈ ਮੈਂ ਇੱਕ ਗੱਲ ਬੜੀ ਜ਼ਰੂਰੀ ਦੱਸ ਦਿੰਦਾ ਤੁਹਾਨੂੰ ਮੰਨ ਲਓ ਮੈਂ ਇੰਡੀਆ 'ਚ ਮਰਡਰ ਕੀਤਾ ਫੋਰਨ 'ਚ ਬਹਿ ਕੇ ਉਹਦਾ ਪਲਾਨਿੰਗ ਕੀਤੀ ਐ ਇੰਡੀਆ 'ਚ ਆ ਕੇ ਐਗਜ਼ੀਕਿਊਟ ਕਰਾਇਆ ਐਸੀ ਪ੍ਰੋਵੀਜ਼ਨ ਵੀ ਇਸ ਲਾਅ ਚ ਬਣੀ ਹੋਈ ਹੈ ਕਿ ਤੁਹਾਨੂੰ ਉਧਰਲੀ ਜੇਲ੍ਹ ਚ ਸੁੱਟਿਆ ਜਾਵੇ ਜੇ ਤੁਸੀਂ ਇੰਡੀਆ ਨਹੀਂ ਆ ਪਰ ਰਹੇ ਤੇ ਵੈਸੇ ਤਾਂ ਫੜ ਕੇ ਡਿਪੋਰਟ ਹੀ ਕਰਨਗੇ ਬਟ ਫਿਰ ਵੀ ਇਨ ਕੇਸ ਤੁਹਾਡੇ ਕੋਲ ਆਏਗਾ ਉੱਥੇ ਜੇਲ੍ਹ ਕੱਟੋਗੇ ਵੀਡੀਓ ਕਾਨਫਰੈਂਸਿੰਗ ਆ ਇਹ ਚੀਜ਼ਾਂ ਸਭ ਵੈਲਿਡ ਕਰਦੇ ਉਹ ਜਿਹੜੀ ਉਰੇ ਸਜ਼ਾ ਹੋਈ ਉਹਦੇ ਕਰ ਉਹਦੇ ਉਸ ਅਕੋਰਡਿੰਗ ਉਸੇ ਅਕੋਰਡਿੰਗ ਸੋ ਮਤਲਬ ਅੱਜ ਘਰ ਬੈਠੇ ਆ ਤੁਸੀਂ ਸੋਚੋ ਕਿ ਮੈਂ ਕੁਝ ਵੀ ਕਰ ਲਾਂ ਤਾਂ ਮੈਨੂੰ ਪੁੱਛਣ ਵਾਲਾ ਕੋਈ ਨਹੀਂ ਇਟ ਵਿਲ ਬੀ ਟ੍ਰਬਲ ਫਾਰ ਦਾ ਕ੍ਰਿਮੀਨਲਸ ਕਾਨੂੰਨ ਨੇ ਹੱਥ ਆਪਣੇ ਲੰਬੇ ਕਰ ਲਏ ਕਾਫੀ ਲੰਬੇ ਕਰ ਲਏ ਆ ਕੰਨ ਵੀ ਲੰਬੇ ਕਰ ਲਏਗੀ ਉੱਥੇ ਬੈਠੀ ਗੱਲ ਅਸੀਂ ਸੁਣ ਲੈਣੀ ਆ ਉਹਨਾਂ ਮੁਲਾਕੇ ਜੇ ਦੇਖਿਆ ਜਾਵੇ ਖੈਰ ਜਿਨ੍ਹਾਂ ਨੇ ਜੇ ਕਹੀਏ ਕਿ ਜਿਹੜੇ ਜਰਮਪੇਸ਼ਾ ਲੋਕ ਰਹਿੰਗੇ ਉਹਨਾਂ ਵਾਸਤੇ ਜੇ ਸਮੱਸਿਆਵਾਂ ਜਰੂਰ ਵਧ ਗਈਆਂ ਨੇਗੀਆਂ ਜ਼ਾਹਿਰ ਜੀ ਗੱਲ ਹੁੰਦੀ ਆ ਕੋਈ ਕਿਸੇ ਨਾਲ ਗਲਤ ਕਰਦਾ ਤਾਂ ਜਰੂਰ ਸਮੱਸਿਆਵਾਂ ਵਧਣਗੀਆਂ ਦੂਜੇ ਪਾਸੇ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਸੀ ਕਿ ਜਿਹੜੀਆਂ ਅਸੀਂ ਸੋਚਦੇ ਸੀ ਕਿ ਬਾਹਰਲੇ ਮੁਲਕਾਂ 'ਚ ਬਹਿ ਕੇ ਉਰੇ ਅਸੀਂ ਕੁਛ ਮਰਜ਼ੀ ਕਰੀ ਜਾਈਏ ਉਹ ਚੀਜ਼ਾਂ ਨੂੰ ਵੀ ਹੁਣ ਕਾਨੂੰਨ ਦੇ ਸਿਕੰਜੇ 'ਚ ਲਿਆ ਗਿਆ ਤੁਸੀਂ ਨਹੀਂ ਆਉਣਾ ਨਾ ਆਓ ਪੇਸ਼ ਨਹੀਂ ਹੋਣਾ ਨਾ ਪੇਸ਼ ਹੋ ਪਰ ਤੁਹਾਨੂੰ ਸਜ਼ਾ ਵੀ ਹੋਊਗੀ ਤੁਹਾਡੇ ਤੇ ਬਕਾਇਦਾ ਐਫ ਆਈ ਆਰ ਵੀ ਹੋਊਗੀ ਉਦੋਂ ਤੁਸੀਂ ਆਪਦੇ ਪਹਿਲੂ ਜਾਂ ਆਪ ਸਜਾ ਹੋ ਤੋ ਬਾਅਦ ਫਿਰ ਜਾ ਕੇ ਕਿਤੇ ਲੰਮੀ ਚੀਛੜ ਜੂ ਯਾਨੀ ਕਿ ਤੁਸੀਂ ਫਿਰ ਜਾਂ ਤਾਂ ਮੁਲਕੀ ਨਾ ਮੁੜ ਕੇ ਆਓ ਉਹਦੇ ਚ ਵੀ ਕੱਲ ਨੂੰ ਸਮੱਸਿਆਵਾਂ ਪਰੇਸ਼ਾਨੀਆਂ ਖੜੀਆਂ ਹੋ ਸਕਦੀਆਂ ਨੇ ਇਹ ਨਵਾਂ ਕਾਨੂੰਨ ਇਸ ਕਰਕੇ ਕਿਉਂਕਿ ਸਮੇਂ ਦੇ ਹਿਸਾਬ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਬਦਲ ਗਈਆਂ ਇਕਵਿਪਮੈਂਟਸ ਆ ਗਏ ਨੇਗੇ ਇਲੈਕਟ੍ਰੋਨਿਕ ਡਿਵਾਈਸਿਸ ਆ ਗਿਆ ਨੇਗੀਆਂ ਤਾਂ ਲੋੜ ਸੀ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਿਹੜੀ ਸ਼ੁਰੂਆਤ ਹੋ ਚੱਲੀ ਹੈ ਸੀਨੀਅਰ ਵੀਡੀਓਲਿਸਟ ਸੰਤੇਜ ਦੇ ਨਾਲ ਸੁਮਿਤ ਸਿੰਘ ਅਰਜਨਸ ਪ੍ਰਸਨ ਟੀਵੀ ਚੰਡੀਗੜ੍ਹ